ਸ਼ਾਹਕੋਟ ਵਿੱਚ ਮਨਰੇਗਾ ਕਰਮੀਆਂ ਨੇ ਕੀਤੀ ਹੜਤਾਲ। ਸ਼ਾਹਕੋਟ ਵਿੱਚ ਮਨਰੇਗਾ ਕਰਮੀਆਂ ਦੇ ਵੱਲੋਂ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਕਰਮਚਾਰੀਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਲਾਕ ਸ਼ਾਹਕੋਟ ਦੇ ਪ੍ਰਧਾਨ ਅਮਨ ਕੁਮਾਰ ਅਤੇ APO ਜੋਗੇਸ਼ਵਰ ਸਿੰਘ ਨੇ ਦੱਸਿਆ ਹੈ ਕਿ ਬੀਤੇ 11-12 ਸਾਲ ਤੋਂ ਮਨਰੇਗਾ ਕਰਮਚਾਰੀ ਕੰਟਰੈਕਟ ਬੇਸ ਉੱਤੇ ਕੰਮ ਕਰ ਰਹੇ ਹਨ। ਸਾਨੂੰ ਹਮੇਸ਼ਾ ਹੀ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ, ਉਹ ਸਿਰਫ਼ ਭਰੋਸਾ ਹੀ ਰਹਿ ਜਾਂਦਾ ਹੈ, ਪਰ ਇਸ ਵਾਰ ਜਿੰਨਾ ਸਮਾਂ ਸਾਡੀਆਂ ਮੰਗਾਂ ਨੂੰ ਸਰਕਾਰ ਦੇ ਵੱਲੋਂ ਪੂਰਾ ਨਹੀਂ ਕੀਤਾ ਜਾਂਦਾ ਤਦ ਤੱਕ ਪੂਰੇ ਪੰਜਾਬ ਦੇ ਮਨਰੇਗਾ ਕਰਮਚਾਰੀ ਹੜਤਾਲ ਉੱਤੇ ਰਹਿਣਗੇ ਅਤੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਸਾਡੀ ਜਿਹੜੀ ਹੈ ਜੀ ਮਨਰੇਗਾ ਯੂਨੀਅਨ ਪੰਜਾਬ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਵੀ ਪਿਛਲੇ ਲੰਮੇ ਸਮੇਂ ਤੋਂ ਅਸੀਂ ਜਿਹੜੀਆਂ ਮਨਰੇਗਾ ਮੁਲਾਜ਼ਮਾਂ ਦੀਆਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਰੈਗੂਲਾਈਜੇਸ਼ਨ ਦਾ ਸਾਡਾ ਹੈਗਾ ਅਤੇ ਕੁਛ ਤਨਖਾਹਾਂ ਦੇ ਰਿਗਾਰਡਿੰਗ ਹੈਗੇ ਆ ਵੀ ਸਾਨੂੰ ਰੈਗੂਲਰ ਕੀਤਾ ਜਾਵੇ, ਕਿਉਂਕਿ ਜਿਹੜੇ ਨਰੇਗਾ ਕਰਮਚਾਰੀ ਆ ਤਕਰੀਬਨ 10-12 ਸਾਲ ਪਹਿਲਾਂ ਇਹਨਾਂ ਦੀ ਰਿਕਰੂਟਮੈਂਟ ਹੋਈ ਆ ਅਤੇ ਲਗਾਤਾਰ ਇਹ ਕੰਟੈਕਟ ਬੇਸ 'ਤੇ ਕੰਮ ਕਰ ਰਹੇ ਆ। ਇਸ ਜਿਹੜਾ ਰੂਰਲ ਡਿਵੈਲਪਮੈਂਟ ਆ ਵਿਭਾਗ ਇਹਦੇ ਵਿੱਚ 10-12 ਸਾਲ ਤੋਂ ਕੰਮ ਕਰ ਰਹੇ ਆ ਅਤੇ ਇਹਨਾਂ ਪਿਛਲੀ ਵਾਰੀ ਜਿਹੜੀ ਅਕਾਲੀ ਸਰਕਾਰ ਆ ਉਸਨੇ ਭਰੋਸਾ ਦਵਾਇਆ ਸੀਗਾ ਵੀ ਅਸੀਂ ਇਹਨਾਂ ਨੂੰ ਰੈਗੂਲਰ ਕਰਾਂਗੇ, ਪਰ ਨੋਟੀਫਿਕੇਸ਼ਨ ਦੇ ਕੈਪਟਨ ਸਰਕਾਰ ਦੁਆਰਾ ਰੱਦ ਕੀਤੇ ਜਾਣ ਤੋਂ ਬਾਅਦ ਫਿਰ ਇਹਨਾਂ ਦੇ ਜਿਹੜੇ ਆ ਮੰਗਾਂ ਉਹ ਠੰਡੇ ਬਸ 'ਤੇ ਪਾ ਦਿੱਤੀਆਂ ਗਈਆਂ। ਹੁਣ ਵੀ ਵਾਰ ਵਾਰ ਸਾਨੂੰ ਸਰਕਾਰ ਨੇ ਟਾਈਮ ਦੇ ਕੇ ਅਤੇ ਬਾਅਦ 'ਚ ਇਹਨਾਂ ਨੂੰ ਲਾਰੇ ਲਾ ਕੇ ਜਿਉਂਦਾ ਹੀ ਤਿਉਂ ਸਥਿਤੀ ਨੂੰ ਰੱਖਿਆ ਹੋਇਆ, ਪਰ ਹੁਣ ਜਿਹੜੀ ਆ ਮਨਰੇਗਾ ਯੂਨੀਅਨ ਦੇ ਸਮੂਹ ਮੁਲਾਜ਼ਮਾਂ ਨੇ ਫੈਸਲਾ ਲਿਆ ਪੰਜਾਬ ਪੱਧਰ 'ਤੇ ਕਿ ਅਣਮਿੱਥੇ ਸਮੇਂ ਲਈ ਆ ਜਿਹੜੀ ਉਹ ਹੜਤਾਲ ਕੀਤੀ ਜਾਊਗੀ। ਜਦੋਂ ਤੱਕ ਸਾਡੀ ਆ ਜਿਹੜੀ ਪੰਜਾਬ ਸਰਕਾਰ ਸਾਨੂੰ ਰੈਗੂਲਰ ਨਹੀਂ ਕਰ ਦਿੰਦੀ ਉਸ ਸਮੇਂ ਤੱਕ ਇਹ ਹੜਤਾਲ ਜਾਰੀ ਰਹੇਗੀ।